1984 ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਆਪਣੇ ਜਥੇ ਨਾਲ ਕੀਰਤਨ ਕੀਤਾ ਜਾ ਰਿਹਾ ਸੀ। ਸ੍ਰੀ ਹਰਿਮੰਦਰ ਸਾਹਿਬ 'ਚ ਬੈਠੇ ਭਾਈ ਸਾਹਿਬ ਨੂੰ ਅਜਿਹਾ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਨਾਲ ਹੋਵੇਗਾ। ਗੋਲੀਆਂ ਦੀਆਂ ਆਵਾਜ਼ਾਂ ਪਰ ਲਗਾਤਾਰ ਸ੍ਰੀ ਦਰਬਾਰ ਸਾਹਿਬ 'ਚ ਕੀਰਤਨ ਚੱਲਦਾ ਰਿਹਾ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੱਕ ਗੋਲੀ ਆਉਂਦੀ ਰਹੀ। ਭਾਈ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਦਰ ਕੰਧਾਂ ਨਾਲ ਬੈਠੇ ਤੇ ਕੀਰਤਨ ਚੱਲਦਾ ਰਿਹਾ, ਕਿਉਂਕਿ ਜਿਸ ਜਗ੍ਹਾ ਤੇ ਕੀਰਤਨ ਕੀਤਾ ਜਾ ਰਿਹਾ ਸੀ ਉਸ ਜਗ੍ਹਾ ਤੇ ਗੋਲੀ ਪ੍ਰਭਾਵਿਤ ਕਰ ਸਕਦੀ ਸੀ। ਅੰਤ 9 ਘੰਟੇ ਬੀਤੇ ਤਾਂ ਸ੍ਰੀ ਨੇ ਹੋਰ ਆਗਿਆ ਨਾ ਦਿੱਤੀ ਤੇ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਦੀ ਸਮਾਪਤੀ ਕਰਨ ਦਾ ਵਿਚਾਰ ਬਣਾਇਆ ਗਿਆ। ਉਸ ਵੇਲੇ ਭਾਈ ਨਿਰਮਲ ਸਿੰਘ ਨਾਲ ਹਾਰਮੋਨੀਅਮ ਤੇ ਭਾਈ ਰਾਮ ਸਿੰਘ ਸਨ। ਉਸ ਵੇਲੇ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਸਨ। ਕੁੱਲ 5 ਕੁ ਸਿੰਘ ਸਨ। ਸ੍ਰੀ ਦਰਬਾਰ ਸਾਹਿਬ ਅੰਦਰ ਲਗਾਤਾਰ ਕੀਰਤਨ ਚੱਲਦਾ ਰਿਹਾ। ਵਿਦੇਸ਼ 'ਚ ਪ੍ਰੋਗਰਾਮ ਦੌਰਾਨ ਭਾਈ ਸਾਹਿਬ ਨੇ ਦੱਸਿਆ ਸੀ ਕਿ ਜਦੋਂ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਜਦੋਂ ਉਹ ਬਾਹਰ ਨਿਕਲੇ ਤਾਂ ਮੰਜ਼ਰ ਭਿਆਨਕ ਸੀ। ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਾਫ਼ੀ ਗੰਦਗੀ ਫੈਲਾ ਦਿੱਤੀ ਗਈ ਸੀ ਜੋ ਸਿੱਖਾਂ ਦੀ ਭਾਵਨਾ ਨੂੰ ਆਹਤ ਕਰਦੀ ਸੀ। ਨਿਰਮਲ ਸਿੰਘ ਖਾਲਸਾ ਨੇ ਇਹ ਵੀ ਕਿਹਾ ਸੀ ਕਿ ਜਦੋਂ ਉਹ ਦਰਬਾਰ ਸਾਹਿਬ ਦੇ ਅੰਦਰ ਸਨ ਉਹਨਾਂ ਨਾਲ ਉਹਨਾਂ ਦਾ 6 ਸਾਲ ਦਾ ਬੇਟਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਕੀਰਤਨੀਏ ਗੁਰਮੇਗ ਸਿੰਘ ਸੂਰਮਾ ਸਿੰਘ ਦੇ ਬੇਟੇ ਭਗਤ ਸਿੰਘ ਸਨ। ਦੋਹਾਂ ਬੱਚਿਆਂ ਸਨੇ ਭਾਈ ਨਿਰਮਲ ਸਿੰਘ ਖਾਲਸਾ ਅਤੇ ਅਰਦਾਸੀਏ ਸਿੰਘ ਸ੍ਰੀ ਹਰਿਮੰਦਰ ਸਾਹਿਬ 'ਚੋਂ ਨਿਕਲੇ। ਤਾੜ ਤਾੜ ਗੋਲੀਆਂ ਚੱਲਦੀਆਂ ਰਹੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਬਿਲਡਿੰਗ 'ਚੋਂ ਲਗਾਤਾਰ ਬ੍ਰਸਟ ਆਉਂਦੇ ਰਹੇ ਅਤੇ ਸਾਰੇ ਸਿੰਘ ਉੱਥੋਂ ਤੱਕ ਪਹੁੰਚੇ ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਹੈ। ਕਾਫ਼ੀ ਸਿੰਘ ਸ਼ਹੀਦ ਪਏ ਪਰਿਕਰਮਾ 'ਚ ਪਏ ਸਨ। ਫਰਸ਼ 'ਤੇ ਖੂਨ ਹੀ ਖੂਨ। ਮੰਜ਼ਰ ਬਹੁਤ ਭਿਆਨਕ ਸੀ ਕਿ ਮੁਕੱਦਸ ਅਸਥਾਨ 'ਤੇ ਮੰਜ਼ਰ ਬਹੁਤ ਭਿਆਨਕ ਸੀ ਕਿ ਮੁਕੱਦਸ ਅਸਥਾਨ 'ਤੇ ਇਹ ਕਿਹੋ ਜਿਹਾ ਜ਼ੁਲਮ। ਆਖਿਰ ਭਾਈ ਨਿਰਮਲ ਸਿੰਘ ਖਾਲਸਾ ਬੱਚਿਆਂ ਸਣੇ ਸ੍ਰੀ ਦਰਬਾਰ ਸਾਹਿਬ 'ਚੋਂ ਬਾਹਰ ਨਿਕਲੇ। ਹੱਥ ਖੜੇ ਕਰ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਹੁੰਚੇ ਤਾਂ DIG ਚਮਨ ਲਾਲ, ਜਿਸ ਨੂੰ ਡੈਪੂਟੇਸ਼ਨ 'ਤੇ ਭੇਜਿਆ ਗਿਆ ਸੀ, ਉਸ ਵੱਲੋਂ ਆਪਣੀ ਗੱਡੀ 'ਚ ਭਾਈ ਸਾਹਿਬ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ। ਸ੍ਰੀ ਦਰਬਾਰ ਸਾਹਿਬ ਅੰਦਰ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ। ਸਿੰਘ ਸ਼ਹੀਦ ਹੁੰਦੇ ਗਏ। ਇਹ ਅਸਲ ਕਹਾਣੀ ਭਾਈ ਨਿਰਮਲ ਸਿੰਘ ਖਾਲਸਾ ਦੀ ਖੁਦ ਦੀ ਸੁਣਾਈ ਕਹਾਣੀ ਹੈ। ਪਰ ਅਫਸੋਸ, ਕੌਮ ਦੇ ਅਨਮੋਲ ਹੀਰੇ ਨੂੰ ਅਸੀਂ ਕੀ ਦਿੱਤਾ, ਜਿਸ ਬਾਰੇ ਸੋਚ ਮਨ ਭਾਵੁਕ ਹੋ ਜਾਂਦਾ ਹੈ। ਪੰਜਾਬੀ TV ਪਰਮਾਤਮਾ ਅੱਗੇ ਭਾਈ ਨਿਰਮਲ ਸਿੰਘ ਖਾਲਸਾ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਦਾ ਹੈ। ਬਿਊਰੋ ਰਿਪੋਰਟ, ਪੰਜਾਬੀ TV।